ਸਹਿਕਾਰਤਾ ਵਿਭਾਗ ਦਾ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਹੈ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀਆਂ 114 ਬਹੁਮੰਤਵੀ ਸਹਿਕਾਰੀ ਸੇਵਾਵਾਂ ਨੂੰ ਆਧੁਨਿਕ ਤਰੀਕੇ ਨਾਲ ਵਿਕਸਿਤ ਕਰਕੇ ਇਹਨਾਂ ਨੂੰ ਆਤਮ ਨਿਰਭਰ ਬਣਾਇਆ ਜਾਵੇਗਾ ਤਾਂ ਜੋ ਕਿਸਾਨਾਂ ਦੀਆਂ ਸਾਰੀਆਂ ਲੋੜਾਂ ਸਹਿਕਾਰੀ ਸੇਵਾਵਾਂ ਰਾਹੀਂ ਪੂਰੀਆਂ ਹੋ ਸਕਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦੁਆਰਾ ਸਾਹਿਬ ਗੰਡੂਆ ਵਿਖੇ ਧਾਰਮਿਕ ਸਮਾਗਮ ਦੌਰਾਨ ਕੀਤਾ। ਇਹ ਵੀ ਕੋਈ ਸਹਿਕਾਰਤਾ ਵਿੱਚ ਜਿਹੜੀਆਂ ਸੋਸਾਇਟੀਜ਼ ਨੇ ਇਹਨਾਂ ਨੂੰ ਆਪਾਂ ਹੋਰ ਸਟਰੈਂਥਨ ਕਰਾਂਗੇ, ਉਹਨਾਂ ਜਿਹੜੀਆਂ ਕੋਈ ਫੇਲ ਨੇ ਉਹਨਾਂ ਨੂੰ ਚਲਾਉਂਦੇ। ਵੈਸੇ ਤਾਂ ਤੁਹਾਡਾ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਜਿਹੜਾ ਬਹੁਤ ਵਧੀਆ, ਇਹ ਬਹੁਤ ਵਧੀਆ ਪੰਜਾਬ ਦੇ ਵਿੱਚ ਨੰਬਰ 1 'ਤੇ ਚੱਲ ਰਿਹਾ। ਇਹਦੀਆਂ ਸੋਸਾਇਟੀਆਂ ਜਿਹੜੀਆਂ ਮੈਂ ਵੇਖਣ ਵੀ ਆਉਣਾ ਸੀ, RCS ਬਾਹਰ ਚਲੇ ਗਏ, MLA ਸਾਹਿਬ ਜਿਹੜੇ ਇੱਥੋਂ ਦੇ ਨੇ ਤੁਹਾਡੇ ਨਾਗਰਾ ਸਾਹਿਬ, ਉਹਨਾਂ ਦਾ ਤਾਂ ਫਿਰ ਅਸੀਂ ਇਕੱਠੇ ਇਲੈਕਸ਼ਨ ਚਲੇ ਗਏ। ਮੈਂ ਥੋੜ੍ਹੇ ਦਿਨਾਂ 'ਚ ਦਸਾਂ ਦਿਨਾਂ 'ਚ 4-5 ਸੋਸਾਇਟੀਆਂ ਜਿਹੜੀਆਂ ਇੱਥੋਂ ਦੀ ਵਿਜਿਟ ਕਰਨ ਆਉਣ ਲੱਗਾ, ਔਰ ਮਾਡਲ ਜਿਹੜੀਆਂ ਇਹਨਾਂ ਨੂੰ ਸੈਲਫ ਸਫੀਸ਼ੀਐਂਟ ਕਰਨ ਲਈ ਇੱਥੇ ਹੋਰ ਵੀ ਕੋਈ ਚੀਜ਼ਾਂ ਜਿਹੜੀਆਂ ਉਹ ਚਾਹੁਣਗੇ ਸੋਸਾਇਟੀਆਂ ਵਾਲੇ ਕਿ ਉਹਨਾਂ ਦੀ ਕਿ ਆਪ ਮਾਡਰਨਾਈਜੇਸ਼ਨ ਉਹਨਾਂ ਦੀ ਕਰਨੀ ਚਾਹੁੰਦਾ ਕਿ ਸਾਰਾ ਕੁਝ ਇੱਥੇ ਹੋਵੇ, ਸੋਸਾਇਟੀ ਦੇ ਵਿੱਚ ਕੰਮ ਚੱਲਣ, ਉਹ ਸਾਰੀ ਚੀਜ਼ਾਂ ਮੈਂ ਕਰਨ ਲਈ ਬਹੁਤ ਜਲਦੀ ਡਿਸਟ੍ਰਿਕਟ ਦਾ ਤਬਾਕ।